ਸੋ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੇ ਵਿੱਚ ਗਰਮੀ ਨੇ ਜਿਹੜਾ ਕਹਿਰ ਵਰਤਾਇਆ ਹੋਇਆ, ਔਰ ਅਲੱਗ ਅਲੱਗ ਥਾਵਾਂ 'ਤੇ ਜਿੱਥੇ ਗਰਮੀ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ, ਉੱਥੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਖਤਮ ਹੁੰਦੀਆਂ ਨਜ਼ਰ ਆ ਰਹੀਆਂ ਨੇ, ਪਰ ਕਿਤੇ ਨਾ ਕਿਤੇ ਰਾਹ ਤੋਂ ਜਿਹੜੀ ਮਿਲਦੀ ਹੈ ਇੱਥੇ ਆ ਕੇ ਠੰਡੀ ਸ਼ਰਦਾਈ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਥੇ ਬਣਾਈ ਜਾਂਦੀ ਹੈ, ਔਰ ਆਮ ਲੋਕ ਜਿਹੜੇ ਨੇ ਇੱਥੋਂ ਰਾਹਗੀਰ ਨੇ ਉਹ ਠੰਡੀ ਸ਼ਰਦਾਈ ਦਾ ਆਨੰਦ ਮਾਣ ਰਹੇ ਨੇ। ਕਾਫ਼ੀ ਜਿਹੜੀ ਲਾਹੇਵੰਦ ਸਾਬਤ ਹੁੰਦੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਲੋਕਾਂ ਨਾਲ ਵੀ ਗੱਲਬਾਤ ਕਰਦੇ ਭਾਅ ਜੀ, ਕੀ ਕਹਿਣਾ ਚਾਹੁੰਦੇ ਹੋ ਸ਼ਰਦਾਈ ਪੀਣ ਆਇਓ, ਗਰਮੀ ਬਹੁਤ ਜ਼ਿਆਦਾ? ਬਹੁਤ ਵਧੀਆ ਹੈ ਜੀ, ਇਹ ਸਰੀਰ ਨੂੰ ਠੰਡ ਦੀ ਤਾਕਤ ਦਿੰਦੀ ਹੈ ਅਤੇ ਇਹਦੇ ਬਹੁਤ ਬੈਨੀਫਿਟ ਨੇ, ਇਹਦੇ 'ਚ ਬਹੁਤ ਜ਼ਿਆਦਾ ਇਹਨਾਂ ਨੇ ਉਪਾਏ ਹੋਏ ਨੇ। ਅਤੇ ਬਾਕੀ ਸਭ ਗਰਮੀ ਕਰਕੇ ਬਹੁਤ ਜ਼ਿਆਦਾ, ਹਾਂਜੀ ਹਾਂ, ਬਿਲਕੁਲ ਬਿਲਕੁਲ ਜੀ ਬਿਲਕੁਲ, ਲੋਕ ਇਹਨੂੰ ਪਸੰਦ ਕਰਦੇ ਆ ਕੋਲਡ ਡਰਿੰਕ ਵਗੈਰਾ ਨਾਲੋਂ, ਇਹ ਬਹੁਤ ਜ਼ਿਆਦਾ ਬੈਨੀਫਿਟ ਚੀਜ਼ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਸਭ ਕੁਛ ਠੀਕ ਹੈ ਇਹਦਾ। ਹੋਰ ਵੀ ਲੋਕ ਮੌਜੂਦ ਨੇ ਭਾਈ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਸ਼ਰਦਾਈ? ਬਸ ਜੀ, ਇਹ ਤਾਂ ਗਰਮੀ ਦਾ ਤੋਹਫਾ ਹੈ ਜੀ, ਬਸ ਗਰਮੀ ਦੂਰ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ, ਬਹੁਤ ਲਾਹੇਵੰਦ ਚੀਜ਼ ਹੈ ਆਪਣੇ ਸਰੀਰ ਵਾਸਤੇ। ਮੈਂ ਤਾਂ ਸਭ ਨੂੰ ਪ੍ਰੈਫਰੈਂਸ ਕਰਦਾ ਵੀ ਡੇਲੀ ਆਓ, ਇੱਕ ਗਲਾਸ ਆਪਣਾ ਡੇਲੀ ਪੀਓ। ਉਰੇ ਕਿੰਨੇ ਦਾ ਗਲਾਸ? ਇਹ ਛੋਟਾ ਗਲਾਸ 30 ਰੁਪਏ ਦਾ, ਵੱਡਾ ਗਲਾਸ 50 ਰੁਪਏ ਦਾ। ਬਹੁਤ ਵਧੀਆ ਚੀਜ਼ ਹੈ ਜੀ। ਗਰਮੀ ਬਹੁਤ ਜ਼ਿਆਦਾ, ਲੋਕ ਬੜੀ ਪਰੇਸ਼ਾਨੀ ਨਾਲ ਜੂਝ ਰਹੇ ਨੇ। ਬਸ ਗਰਮੀ ਤਾਂ ਬਹੁਤ ਜ਼ਿਆਦਾ, ਪਰ ਜਿਹੜੀ ਇਹ ਚੀਜ਼ ਹੈ ਆਪਣਾ ਸਟੈਮੀਨਾ ਵਧੀਆ ਰੱਖਦੀ ਹੈ, ਐਕਸਰਸਾਈਜ਼ ਵੀ ਬੰਦਾ ਜਿਵੇਂ ਕਰਦਾ ਥੱਕਦਾ, ਇਹ ਥਕਾਵਟ ਨਹੀਂ ਮਹਿਸੂਸ ਹੋਣ ਦਿੰਦੀ, ਬਹੁਤ ਵਧੀਆ ਚੀਜ਼ ਹੈ। ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਬੜੀ ਮਿਹਨਤ ਨਾਲ ਜਿਹੜਾ ਇਹਨੂੰ ਬਣਾਇਆ ਜਾਂਦਾ ਹੈ, ਬਦਾਮ, ਕਾਜੂ, ਮਗਜ਼, ਕਈ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਈਆਂ ਜਾਣੀਆਂ ਨੇ, ਔਰ ਸ਼ਰਦਾਈ ਜਿਹੜੀ ਪ੍ਰੋਪਰ ਇੱਥੇ ਲੋਕਾਂ ਦੇ ਸਾਹਮਣੇ ਜਿਹੜੀ ਤਿਆਰ ਕੀਤੀ ਜਾਏ ਆਰਟੀਫਿਸ਼ਲ ਚੀਜ਼ਾਂ ਨਾਲੋਂ, ਇਹ ਜਿਹੜੀ ਚੀਜ਼ ਹੈ ਬਹੁਤ ਵਧੀਆ, ਪੀਣ ਦੇ ਲਈ ਵੀ ਬਹੁਤ ਵਧੀਆ, ਸਿਹਤ ਲਈ ਵੀ ਲਾਹੇਵੰਦ ਹੈ। ਸੋ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਨਾਲ ਗੱਲਬਾਤ ਕਰਦੇ, ਭਾਅ ਜੀ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ? ਗਰਮੀ ਬਹੁਤ ਜ਼ਿਆਦਾ ਜੀ, ਇਸੇ ਕਰਕੇ ਆਪਾਂ ਨੇ ਪੁਰਾਤਨ ਸਮੇਂ ਤੋਂ ਚੱਲਦੀ ਆਈ ਗੁਰੂ ਮਹਾਰਾਜ ਜੀ ਸ਼ਰਦਾਈ ਨੂੰ ਆਪਾਂ ਦੁਬਾਰੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਹਦੇ ਨਾਲ ਇਹ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਜੀ। ਠੀਕ ਹੈ ਜੀ, ਦੇਖਿਆ ਜਾ ਰਿਹਾ ਕਾਫ਼ੀ ਬਦਾਮ, ਕਾਜੂ, ਕੀ ਕੁਝ ਇਸ ਤੋਂ ਇਲਾਵਾ ਹੋਰ ਕੀ ਕੁਝ ਪਾਉਂਦੇ ਆ, ਕਿੰਨਾ ਕੁ ਟਾਈਮ ਲੱਗਦਾ ਬਣਾਉਣ ਨੂੰ? ਇਹਨੂੰ ਬਣਾਉਣ ਨੂੰ ਜੀ ਲਗਭਗ 40 ਤੋਂ 45 ਮਿੰਟ ਰਗੜਾ ਲੱਗਦਾ ਜੀ ਇਸ ਨੂੰ, ਅਤੇ ਇਹਦੇ 'ਚ ਆਪਾਂ ਪਏ ਜੀ ਆਪਣਾ ਛੋਟੀ ਇਲਾਇਚੀ, ਮਗਜ਼, 4 ਤਰ੍ਹਾਂ ਦੇ ਬਦਾਮ, ਖਸਖਸ, ਕਾਲੀ ਮਿਰਚ, ਸੌਂਫ, ਆਂਵਲਾ ਕੈਂਡੀ ਵਿੱਚ ਹੀ ਐਡ ਕੀਤੀ ਹੈ ਜੀ, ਅਤੇ ਫਿਰ ਗੁਲਾਬ ਦੀਆਂ ਪੱਤੀਆਂ ਜੀ, ਅਤੇ ਆਪਣਾ ਦੇਸੀ ਸ਼ੱਕਰ ਪਾਉਂਦੇ ਹਾਂ ਸਪੈਸ਼ਲ ਕਲਹਾੜੀ ਤੋਂ ਲਿਆ ਕੇ ਜੀ। ਕਿੰਨੇ ਦਾ ਗਲਾਸ ਵੇਚ ਦਿਓ, ਕਿਉਂਕਿ ਕਾਫ਼ੀ ਲਾਗਤ ਵੀ ਲੱਗਦੀ ਹੋਣੀ ਹੈ, ਮਿਹਨਤ ਵੀ ਬਹੁਤ ਜ਼ਿਆਦਾ ਲੱਗਦੀ? ਇਹ ਵੱਡਾ ਗਲਾਸ ਸੀ 50 ਰੁਪਏ ਦਾ ਜੀ, ਅਤੇ ਛੋਟਾ ਗਲਾਸ ਸੀ 30 ਰੁਪਏ ਦਾ ਕੀਤਾ ਹੋਇਆ ਜੀ। ਹਾਂਜੀ, ਕਿੰਨੇ ਚਿਰ ਤੋਂ ਇਹ ਕੰਮ ਕਰੋ? ਇਹ ਸਾਨੂੰ ਇੱਥੇ 2 ਮਹੀਨੇ ਹੋ ਗਏ ਲਗਭਗ। ਇਸ ਤਰ੍ਹਾਂ ਦਾ ਰਿਸਪੋਂਸ ਹੈ, ਕਿਉਂਕਿ ਆਪਾਂ ਦੇਖਣ ਨੂੰ ਮਿਲਦਾ ਕਾਫ਼ੀ ਆਰਟੀਫਿਸ਼ਲ ਜੂਸ ਜਿਹੜੇ ਮਿਲਦੇ ਨੇ ਉਹ ਸਿਹਤ ਲਈ ਵੀ ਲਾਹੇਵੰਦ ਨਹੀਂ ਹਨ, ਇਹ ਚੀਜ਼ਾਂ ਜਿਹੜੀਆਂ ਨੇ ਪਿਓਰਟੀ ਨੇ ਔਰ ਸਿਹਤ ਲਈ ਬਹੁਤ ਵਧੀਆ ਲਾਹੇਵੰਦ। ਹਾਂ ਜੀ, ਲਾਹੇਵੰਦ ਹੈ ਜੀ ਇਹ ਜੂਸਾਂ ਨਾਲੋਂ। ਜੂਸਾਂ ਦੇਖੋ ਆਪਾਂ ਕਿਸੇ ਕੰਮ ਨੂੰ ਮਾੜਾ ਨਹੀਂ ਸੀ ਕਹਿ ਸਕਦੇ, ਉਹਨਾਂ 'ਚ ਤਕਰੀਬਨ ਬਰਫ਼ ਘੋਲ ਪਿਲਾਈ ਜਾਂਦੇ ਆ ਜੀ, ਹੈ ਨਾ ਜੀ। ਇਹ ਆਪਣਾ ਪੁਰਾਣੇ ਸਮੇਂ ਤੋਂ ਚੱਲਦੀ ਆਈ ਚੀਜ਼ ਹੈ ਜੀ, ਬਿਮਾਰੀ ਰਹਿਤ ਹੈ ਜੀ, ਅਤੇ ਐਨਰਜੀ ਡਰਿੰਕ ਹੈ ਬਹੁਤ ਜ਼ਿਆਦਾ ਵਧੀਆ, ਬਿਨਾਂ ਕੈਮੀਕਲ ਤੋਂ ਜੀ। ਕਿੰਨੇ ਕੁ ਲਾਗਤ ਹੈ ਤੁਹਾਡੀ, ਕਿਉਂਕਿ ਕਾਫ਼ੀ ਜਗ੍ਹਾ ਦਾ ਡਰੰਮ ਜਿਹੜੇ ਔਰ ਟਾਈਮ ਬਹੁਤ ਲੱਗਦਾ ਬਣਾਉਣ ਨੂੰ, ਅਤੇ ਕਿੰਨੇ ਕੁ ਟਾਈਮ 'ਚ ਤੁਸੀਂ ਕਿੰਨੇ ਕੁ ਗਲਾਸ ਬਣਾ ਲੈਂਦੇ? ਅਸੀਂ ਇੱਕ ਟਾਈਮ 'ਚ 30 ਤੋਂ 35 ਗਲਾਸ ਤਿਆਰ ਕਰ ਦਿੰਦੇ ਹਾਂ ਜੀ, ਜਿਹੜਾ ਮਟੀਰੀਅਲ ਬਣ ਰਿਹਾ ਜੀ ਇਹਦੇ 'ਤੇ ਅਸੀਂ 30 ਤੋਂ 35 ਗਲਾਸ ਤਿਆਰ ਕਰ ਦਿੰਦੇ ਹਾਂ ਜੀ। ਹਾਂਜੀ, ਬਹੁਤ ਵਧੀਆ ਚੀਜ਼ ਹੈ, ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਿਓਰਟੀ ਨਾਲ ਜਿਹੜੇ ਬਦਾਮ, ਕਾਜੂ, ਇਹ ਜਿਹੀ ਚੀਜ਼ਾਂ ਜਿਹੜੀਆਂ ਆਪਣਾ ਖਸਖਸ ਹੋ ਗਈਆਂ, ਖਾਸ ਕਰ ਗਰਮੀ ਤੋਂ ਬੜੀ ਰਾਹਤ ਦਿੰਦੀਆਂ ਨੇ, ਪਰ ਗਰਮੀ ਬਹੁਤ ਜ਼ਿਆਦਾ ਹੈ। ਆਮ ਲੋਕਾਂ ਨੂੰ ਵੀ ਸਲਾਹ ਹੈ ਕਿ ਘਰਾਂ ਦੇ ਵਿੱਚੋਂ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ, ਔਰ ਕਾਫ਼ੀ ਜਿਹੜੀ ਗਰਮੀ ਹੈ ਅੱਧ ਦੀ ਗਰਮੀ ਤੋਂ ਜਿਹੜਾ ਰਾਹਤ ਸ਼ਰਦਾਈ ਦੇ ਰਹੀ ਹੈ। ਕੈਮਰਾ ਪਰਸਨ ਸਮਿਤ ਕੁਮਾਰ ਦੇ ਨਾਲ ਦਇਆ ਸਿੰਘ, ਰਾਜਪੁਰਾ।